ਹਾਂਜੀ ਗੁਰੂ ਸਟੱਡੀ ਪੁਆਇੰਟ ਤੇ ਆਪਜੀ ਦਾ ਸਵਾਗਤ ਹੈ ਜੀ ਸੋ ਲੈ ਕੇ ਆਏ ਆ ਨੋਟਿਸ ਆਇਆ ਜੀ ਕੋਆਪਰੇਟਿਵ ਬੈਂਕ ਵੱਲੋਂ ਕਲੈਰੀਕਲ ਦੀਆਂ ਪੋਸਟਾਂ ਆਈਆਂ ਨੇਗੀਆਂ ਮੈਨੇਜਰ ਦੀਆਂ ਆਈਆਂ ਨੇਗੀਆਂ ਕਾਫੀ ਪੋਸਟਾਂ ਦਾ ਇਸ਼ਤਿਹਾਰ ਜਾਰੀ ਹੋਇਆ ਨੋਟਿਸ ਜਾਰੀ ਹੋਇਆ ਸੋ ਜਾਦਾ ਪੋਸਟਾਂ ਨੇਗੀਆਂ ਸੀ ਗ੍ਰੇਡ ਦੀਆਂ ਸੀ ਗਰੁੱਪ ਦੀਆਂ ਕਲੈਰੀਕਲ ਪੋਸਟਾਂ ਨੇਗੀਆਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ 738 ਪੋਸਟਾਂ ਨੇ ਜੀ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕੁਝ ਥੋੜੀਆਂ ਥੋੜੀਆਂ ਪੋਸਟਾਂ ਹੋਰ ਨੇ ਸੀਨੀਅਰ ਮੈਨੇਜਰ ਇੱਕ ਮੈਨੇਜਰ 28 ਇਨਫੋਰਮੇਸ਼ਨ ਟੈਕਨੋਲੋਜੀ ਅਫੀਸਰ 3 ਇਸੇ ਤਰ੍ਹਾਂ ਹੀ ਸਟੈਨੋ ਟਾਈਪਿਸਟ 7 ਵੱਧ ਪੋਸਟਾਂ ਨੇ 738 ਪੋਸਟਾਂ ਨੇ ਜਿਹੜੀਆਂ ਕਲੈਰੀਕਲ ਦੀਆਂ ਨੇ ਜੀ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਕੋਆਪਰੇਟ ਬੈਂਕ ਦੇ ਵਿੱਚ ਨੇ ਇਹ ਤੁਸੀਂ ਧਿਆਨ ਨਾਲ ਪੜ੍ਹ ਸਕਦੇ ਹੋ ਉੱਪਰ ਸੋ ਕੋਆਪਰੇਟਿਵ ਪੰਜਾਬ ਸਟੇਟ ਦੀ ਕੋਆਪਰੇਟਿਵ ਬੈਂਕ ਦੇ ਨਾਲ ਸਬੰਧਤ ਰਹਿ ਗਈਆਂ ਸੋ ਇਹ ਨਵੀਆਂ ਪੋਸਟਾਂ ਜਾਰੀ ਹੋਈਆਂ ਨੇ ਇਹਨਾਂ ਦੀ ਤੁਸੀਂ ਤਿਆਰੀ ਕਰ ਸਕਦੇ ਹੋ ਪੁਰਾਣੇ ਸਿਲੇਬਸ ਨੂੰ ਲੈ ਕੇ ਉਹਨਾਂ ਦੇ ਮੁਤਾਬਕ ਤਿਆਰੀ ਕਰ ਸਕਦੇ ਹੋ ਪੇਪਰ ਹੋਊਗਾ ਵੀ ਕਾਇਦਾ ਇਹਨਾਂ ਦਾ ਸੋ ਜ਼ਿਆਦਾ ਡਿਟੇਲ ਦੇ ਲਈ ਇਹਨਾਂ ਨੇ ਸਾਈਟ ਦਿੱਤੀ ਹੋਈ ਹੈ ਜੀ ਜ਼ਿਆਦਾ ਡਿਟੇਲ ਦੇ ਵਿੱਚ ਪੜ੍ਹਨਾ ਤੁਸੀਂ ਇਹ ਸਾਈਟ ਨੂੰ ਫੋਲੋ ਕਰ ਸਕਦੇ ਹੋ ਇਹਨੂੰ ਤੁਸੀਂ ਖੋਲ੍ਹ ਸਕਦੇ ਹੋ ਜੀ ਸਾਰਾ ਇਹਦੇ ਵਿੱਚ ਤੁਹਾਨੂੰ ਡਿਟੇਲ ਚ ਜਾਣਕਾਰੀ ਮਿਲ ਜੂਗੀ ਇਹਨਾਂ ਦਾ ਵੇਰਵਾ ਜਿਹੜਾ ਹੈਗਾ ਮਤਲਬ ਕੈਟਾਗਰੀ ਵਾਈਜ਼ ਉਹ ਇੱਥੇ ਦਿੱਤਾ ਹੋਇਆ ਸੋ ਆਪਾਂ ਕਲੈਰੀਕਲ ਦਾ ਤੁਹਾਨੂੰ ਮੋਟਾ ਜਿਹਾ ਨੋਟ ਕਰਵਾ ਦਿੰਨੇ ਆ ਇਹਦੇ ਵਿੱਚ ਹੈਗਾ ਜੀ ਰੈਡਕਲ ਦੀਆਂ ਪੋਸਟਾਂ ਜਿਹੜੀਆਂ ਗਰੁੱਪ ਸੀ ਦੀਆਂ ਨੇਗੀਆਂ ਵੇਟ ਕਰੋ ਪਲੀਜ਼ ਇੱਥੇ ਆ ਗਈਆਂ ਜਨਰਲ ਦੀਆਂ ਦੇਖੋ 282 ਬਹੁਵੈਨ ਦੇ ਲਈ ਰਕਮੀਆਂ ਨੇਗੀਆਂ ਟੋਟਲ 82 ਆਪਾਂ ਇਹ ਸਾਰਿਆ ਤੁਸੀਂ ਕੈਟਾਗਰੀ ਵਾਈਜ਼ ਦੇਖ ਸਕਦੇ ਹੋ 738 ਬਣਦੀਆਂ ਜੀ ਟੋਟਲ ਪੋਸਟ ਕਲਰਕ ਕਮ ਡਾਟਾ ਆਪਰੇਟਰ ਦੀਆਂ ਸੋ ਇਹ ਆਪਾਂ ਇਸ ਇਤਿਹਾਰ ਦਾ ਜਿਹੜਾ ਪੀਡੀਐਫ ਫਾਈਲ ਹੈਗੀ ਉਹ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਨੇ ਆ ਉੱਥੋਂ ਵੀ ਤੁਸੀਂ ਦੇਖ ਸਕਦੇ ਹੋ ਤੇ ਇਹ ਪੋਸਟਾਂ ਅਪਲਾਈ ਕਰਨ ਵਗੈਰਾ ਦੀ ਡੇਟਾ ਜਿਹੜੀ ਉਹ ਮੇਰੇ ਖਿਆਲ ਚ ਹਜੇ ਆਈ ਨਹੀਂ ਹੋਣੀ ਪਰ ਜ਼ਿਆਦਾ ਇਹਨੂੰ ਟੰਗਾਈ ਨਾਲ ਪੜਿਆ ਨਹੀਂਗਾ ਤੇ ਇਹ ਸਾਈਟ ਨੂੰ ਫੋਲੋ ਕਰਿਓ ਸਾਈਟ ਨੂੰ ਖੋਲ ਲਿਓ ਉੱਥੋਂ ਸਾਰੀ ਜਾਣਕਾਰੀ ਮਿਲੂਗੀ ਸੋ ਸਾਥੀ ਜਿਹੜੇ ਪਿਛਲੇ ਟਾਈਮ ਤੋਂ ਤਿਆਰੀ ਕਰਦੇ ਆ ਰਹੇ ਸੀਗੇ ਵੱਖ-ਵੱਖ ਪੋਸਟਾਂ ਦੀ ਪਿਛਲੀ ਸਰਕਾਰ ਸਮੇਂ ਤੋਂ ਕਿਉਂਕਿ ਉਦੋਂ ਸਰਕਾਰ ਨੇ ਪੋਸਟਾਂ ਕਾਫੀ ਕੱਢੀਆਂ ਸੀਗੀਆਂ ਤਿਆਰੀ ਲੋਕਾਂ ਨੇ ਬਹੁਤ ਕਰੀ ਸੀ ਪਰ ਕੋਈ ਵੀ ਪੋਸਟ ਸਿਰੇ ਨਹੀਂ ਲੱਗੀ ਸੋ ਆਪਦੀ ਪਿਛਲੀ ਕਰੀ ਹੋਈ ਤਿਆਰੀ ਦਾ ਲਾਹਾ ਲੈ ਸਕਦੇ ਹੋ ਹੁਣ ਤੁਸੀਂ ਜਿੰਨੀਆਂ ਵੀ ਪੋਸਟਾਂ ਆਉਂਦੀਆਂ ਨੇ ਕਿਸੇ ਵੀ ਕਿਸਮ ਦੀਆਂ ਤੁਹਾਡੀ ਯੋਗਤਾ ਦੇ ਮੁਤਾਬਕ ਜਿੰਨੀ ਤੁਹਾਡੀ ਯੋਗਤਾ ਹੈਗੀ ਆ ਉਹਦੇ ਮੁਤਾਬਕ ਜੇ ਕਿਸੇ ਵੀ ਡਿਪਾਰਟਮੈਂਟ ਚ ਪੋਸਟ ਆਉਂਦੀ ਆ ਤੁਸੀਂ ਉਹਨੂੰ ਅਪਲਾਈ ਕਰੋ ਤੁਹਾਡੀ ਪਿਛਲੀ ਪੜ੍ਹਾਈ ਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਪੜੋ ਤਾਂ ਤੁਹਾਨੂੰ ਉਹਦਾ ਲਾਹਾ ਮਿਲੇ ਤੇ ਹੋ ਸਕਦਾ ਤੁਸੀਂ ਸਿਲੈਕਸ਼ਨ ਹੋ ਜਾਵੇ ਤੁਹਾਡੀ ਤੁਸੀਂ ਆਪਣੇ ਚੈਨਲ ਗੁਰੂ ਸਟਡੀ ਪੁਆਇੰਟ ਤੇ ਵੱਖ-ਵੱਖ ਪੋਸਟਾਂ ਸੰਬੰਧੀ ਤਿਆਰੀ ਕਰ ਸਕਦੇ ਹੋ ਜੀਕੇ ਨਾਲ ਸੰਬੰਧਿਤ ਜਾਂ ਅਲੱਗ-ਅਲੱਗ ਸਿਲੇਬਸ ਦੇ ਅਕੋਰਡਿੰਗ ਸੋ ਇਹ ਇਹ ਸੀ ਜੀਨ ਇਨਫੋਰਮੇਸ਼ਨ ਤੁਹਾਡੇ ਲਈ ਪਬਲਿਕ ਨੋਟਸ ਹੈ ਜਿਹੜਾ ਤੁਹਾਡਾ ਕਲੈਰੀਕਲ ਪੋਸਟਾਂ ਦੇ ਲਈ ਸੋ ਅੱਗੇ ਲਾਈਕ ਸ਼ੇਅਰ ਕਰ ਦਿਓ ਬਹੁਤ-ਬਹੁਤ ਧੰਨਵਾਦ